ਰਾਵ ਰਾਤ ਨੂੰ ਮੁੜ ਕੇ ਵਾਪਸ ਆਇਆ ਮੈਂ ਕੰਮ ਤੋਂ ਆ ਕੇ ਕੱਪੜੇ ਧੋਣੇ ਸੀ ਸੋਭਾ ਇੱਥੇ ਵੀਡੀਓ ਸਟਾਰਟ ਕੀਤੀ ਸੀ ਤੇ ਖਤਮ ਵੀ ਇੱਥੇ ਕਰਨ ਲੱਗਾ ਵਾ ਮੁੜ ਕੇ ਭਰਾਵਾ ਸਰਫ ਲਿਆ ਵਾ ਆ ਵਾ ਪ੍ਰਦੇਸ ਦੀ ਜ਼ਿੰਦਗੀ ਠੀਕ ਹੈ ਕੰਮ ਤੋਂ ਆਉ ਉਹ ਮੁੜ ਕੇ ਕੱਪੜੇ ਵੀ ਧੋਵੋ ਖੋਦੀ ਕੀ ਯਾਰ ਇੱਥੇ ਬੰਦੇ ਨੇ ਕਰਨਾ ਤਾਂ ਕੀ ਨਹੀਂ ਕਰਨਾਗਾ ਜ਼ਿੰਦਗੀ ਨਾ ਇਸ ਤਰ੍ਹਾਂ ਹੀ ਨਗ ਜਾਂਦੀ ਆ ਯਾਰ ਚਾਰ ਚਾਰ ਸਾਲ ਲੱਗ ਜਾਂਦੇ ਬਾਅਦ ਕਰਦੀ ਯਾਦ ਹੀ ਬੰਦਾ ਇਦਾਂ ਹੀ ਨਾ ਅੱਖਾਂ ਟਪਕਦਾ ਹੀ گزار ਦਿੰਦਾ ਵਾ ਖੈਰ ਏਥੋਂ ਸਰਫ ਲੈ ਆਵਾ ਮੈਂ ਉਹਨਾਂ ਕਹਿਆ ਯਾਰ ਇੱਕ ਦਰਮਦ ਸਰਫ ਤੇ ਦੇ ਕੱਪੜੇ ਧੋਣੇ ਸੀ ਸਰਫ ਲੈਣ ਤੋਂ ਬਾਅਦ ਮੈਂ ਵਾਪਸ ਜਾ ਕੇ ਭਾਈ ਕੱਪੜੇ ਪਾਏ ਨੇ ਕੀ ਕਰੇ ਯਾਰ ਬੰਦਾ ਥੱਕ ਜਾਂਦਾ ਵਾ ਯਾਰ ਵਾਕਈ ਨਾ ਹੱਥ ਜਿਹੜੀਆਂ ਉਂਗਲੀਆਂ ਨਾ ਕਲਚ ਗੇਅਰ ਲਾ ਲਾ ਉਂਗਲੀਆਂ ਵੀ ਦਰਦ ਕਰਨ ਲੱਪਨੀਆਂ ਵਾ ਲੇਕਿਨ ਯਾਰ ਕੰਮ ਤਾਂ ਫੇਰ ਕਰਨਾ ਹੀ ਆ ਨਾ ਤੈਨੂੰ ਪਤਾ ਪਰਦੇਸ ਦੇ ਵਿੱਚ ਕੰਮ ਕਰਨਾ ਪੈਂਦਾ ਵਾ ਉਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਠੀਕ ਹੈ ਜੇ ਕਿ ਇਹ ਪਿੱਛੇ ਚਲ ਜਾਓ ਪਿੱਛੇ ਵੀ ਫਿਰ ਹਾਲਾਤ ਇਸ ਤਰ੍ਹਾਂ ਨਹੀਂ ਹੈ ਖੈਰ ਮੈਂ ਆਵਾ ਆ ਕੇ ਫਿਰ ਭਾਈ ਕੱਪੜਿਆਂ 'ਚ ਪਾਇਆ ਸਰਫ ਨੂੰ ਦਿੱਤਾ ਗੇੜਾ ਮੈਂ ਕਿਹਾ ਜੋਰੀ ਤੂੰ ਤਾਂ ਧੋ ਨਾ ਕੱਪੜੇ ਠੀਕ ਹੈ ਯੂਨੀਫਾਰਮ ਤਾਉਣਾ ਸੀ ਯਾਰ ਦੋਨਾਂ ਯੂਨੀਫਾਰਮ ਕੱਠੇ ਪਾਏ ਨਹੀਂ ਠੀਕ ਹੈ ਮਸ਼ੀਨ ਦੇ ਵਿੱਚ ਇਹ ਹੈ ਕਿ ਮਸ਼ੀਨ ਆਟੋਮੈਟਿਕ ਹੁੰਦੀਆਂ ਵਾ ਤੇ ਉਹ ਭਾਈ ਕੱਪੜੇ ਧੋ ਹੋ ਜਾਂਦੇ ਆ ਮੁੜ ਕੇ ਨਾਲ ਹੀ ਸੁਕਾਉਣ ਵਾਲੀ ਜਗ੍ਹਾ ਹੁੰਦੀ ਆ ਉਹਦੇ ਵਿੱਚ ਕੱਪੜੇ ਸਿੱਟੀ ਦੇ ਤੇ ਕੱਪੜੇ ਜਾਂਦੇ ਆ ਸੋਕਾ ਠੀਕ ਹੈ ਤੇ ਲੇਕਿਨ ਇਹ ਯਾਰ ਯਾਰ ਪ੍ਰਦੇਸ ਦੀ ਜ਼ਿੰਦਗੀ ਸਵੇਰਾ ਉਠੋ ਕੰਮ ਤੇ ਜਾਓ ਫਿਰ ਰਾਤ ਨੂੰ ਆਓ ਇੱਕ ਆ तकरीबन 1 ਵਜੇ ਦਾ ਟਾਈਮ ਸੀ ਜਮੈਂ ਯੂਨੀਫਾਰਮ ਤੋਂ ਹੋ ਰਿਹਾ ਸਹੀ ਹੈ ਤੇ ਆ ਹੁਣ 2 ਵਜੇ ਬੈ ਕੇ ਮੈਂ ਆਡੀਓ ਦੇ ਰਿਹਾ ਵਾਂ ਵੀਡੀਓ ਨੂੰ ਇਸ ਕਰਕੇ ਭਰਾਓ ਲਾਈਕ ਕਰੋ ਮੈਨੂੰ ਸਬਸਕ੍ਰਾਈਬ ਕਰੋ ਅੱਲਾ ਹਫਜ਼